di re khum ka jo mata wahan pe kya kuch hua kaise hua wo ab aapko jinab amir hussain jafri sahab sunayenge nara-e takbir nara-e risalat nara-e haydari nara-e walayat ali ul waliullah jinab zakir-e ahle bait amir hussain jafri sahab دانش مولیان حضرت پروانے میں طرفوں سرکار علی علیہ السلام جشن مبارک یاد ہے میں سلوات پڑھو گا گل سنا نا میں بانی ہاں نا بانی دی حیثیت حاضر ہوں میں کو بابے سائیں حکم دیتا ہے میں معذرت نہ آخ بابا میں پہلا ٹائم پڑھ سو نہ پہلا ٹائم آ ہوں نہ آخ بھائی دو بندے پڑھ رہے تھے تاں پڑھا پڑے بانی ہم بہ گیا رنگ میں دا کالا ہے ذاکر میں بھی چنگا رنگ یہ بے رنگیاں نو رنگ لا دے شادوان رجی بسم اللہ الرحمن الرحیم صلوات الحمد لله رب العالمين الصلاة والسلام على أشرف الأنبياء المرسلين صلوات ثم الصلاة والسلام على من كان نبيا آدم بين الماء والدين صلوات بیبیا سر تاج مڈے دا دنیا تے نہیں کوئی موجود جواب بسم اللہ حکم دی تعمیل جیرو بھائی شروع بھائی تھوڑے سامنے آئے اس حکم دیتے ایسا تا ہر دن نوکر ہوندے ہاں نا اس واسطے جو آزادار دا دل ونجامنا نہیں چاہیے
ਅੱਲਾ ਤੁਹਾਡੀਆਂ ਜ਼ਿੰਦਗੀਆਂ ਦਰਾਜ਼ ਫਰਮਾਵੇ, ਗਾਜ਼ੀ ਰੰਗ ਲਾਵੇ, ਜ਼ਿੰਦਾ ਸਲਾਮਤ ਰਹੋ। ਖੁਤਬਾ ਖਤਮ, ਤੇ ਰੁਬਾਈ ਸ਼ੁਰੂ, ਮਵਾਲੀਆਂ ਹਲਾਲੀਆਂ ਦੇ ਹਾਂ ਠਰ ਜਾਵੇ। ਖੁਸ਼ੀ ਦਾ ਦਿਨ ਏ, ਹਰ ਚਿਹਰਾ ਮੁਸਕਰਾਉਂਦਾ ਹੋਇਆ ਨਜ਼ਰ ਆਵੇ। ਇੱਕ ਦਿਨ ਦਾ ਵਾਕਿਆ, ਰੱਬ ਦੀਆਂ ਚੰਦ ਯਹੂਦਾ ਔਰਤਾਂ ਇੱਕ ਨਿਜਸ ਜਿਹੀ ਸਕੀਮ ਪਾਸ ਕੀਤੀ। ਇੱਕ ਦਿਨ ਮੁਕਰਰ ਕਰੀਏ, ਬਤੂਲ ਨੂੰ ਦਾਵਤ ਦੇਵੀਏ, ਤਮਾਮ ਔਰਤ ਜਮ੍ਹਾਂ ਥੀ ਵੈਸੇ, ਇੱਕ ਮੈਂਬਰ ਬਣਾਇਆ ਹੋਇਆ ਸੀ, ਹਰ ਔਰਤ ਆਪਣੇ ਆਪਣੇ ਸ਼ੋਹਰ ਦੀ ਤਾਰੀਫ ਕਰੇ ਸੀ। ਆਖਰੀ ਸਹਿਣ ਦੇ ਮੁਖਾਤਿਬ ਹੋ ਕੇ ਅਕਸੂ ਸਹਿਣ, ਤੂੰ ਵੀ ਦੱਸ ਤਾ ਸਹੀ, ਤੇਰਾ ਸ਼ੋਹਰ ਕੈਨ ਸ਼ਾਨ ਦਾ ਮਾਲਿਕ, ਸਹਿਣ ਮਿੰਬਰ ਤੇ ਆ ਸੀ, ਇੱਕ ਔਰਤ ਨੂੰ ਸਿਖਾ ਦਿੱਤਾ ਵੇ ਸੀ। ਉੱਚੀ ਆਵਾਜ਼ ਨਾਲ ਅਕਸੀ ਸਹਿਣ, ਤੂੰ ਆਪਣੇ ਸ਼ੋਹਰ ਦੀ ਕਿਆ ਤਾਰੀਫ ਕਰੀਨੀ ਹੈ, ਤੇਰਾ ਸ਼ੋਹਰ ਇੱਕ ਯਹੂਦੀ ਦੇ ਬਾਗ ਵਿੱਚ ਮਜ਼ਦੂਰੀ ਕਰੇਂ ਦੇ। ਸਹਿਣ ਰੁਸਵਾ ਸੀ, ਪਰੇਸ਼ਾਨ ਹੋ ਸੀ, ਤਵੱਜੋ ਹੈ, ਸਕੀਮ ਹੋ ਗਈ ਪਾਸ, ਦਿਨ ਹੋ ਗਿਆ ਮੁਕਰਰ, ਔਰਤਾਂ ਹੋ ਗਈਆਂ ਜਮਾ, ਖਾਤੂਨ ਜੰਨਤ ਤਸ਼ਰੀਫ ਫਰਮਾ ਹੋ ਗਏ, ਮਿੰਬਰ ਬਣਾਇਆ ਗਿਆ, ਹਰ ਔਰਤ ਆਪਣੇ ਆਪਣੇ ਸ਼ੋਹਰ ਦੀ ਤਾਰੀਫ ਕਰ ਰਹੀ ਹੈ। ਤਵੱਜੋ ਹੈ, ਕੋਈ ਆਦੀਏ ਮੈਡਾ ਸ਼ੋਹਰ ਜਰਨੈਲ, ਕੋਈ ਆਦੀਏ ਮੈਡਾ ਸ਼ੋਹਰ ਕਪਤਾਨ, ਕਿਨਾਂ ਦੇ ਡੀ ਸੀ, ਕਿਨਾਂ ਦੇ ਚਪੜਾ ਸੀ, ਕਿਨਾਂ ਗਰੀਬੜੀਆਂ ਦੇ ਬੇਲਦਾਰ। ਆਖਰੀ ਸਹਿਣ ਦੇ ਮੁਖਾਤਿਬ ਹੋ ਕੇ ਆਦੀਆਂ ਸਹਿਣ, ਤੂੰ ਵੀ ਦੱਸਿਆ, ਤੁਹਾਡਾ ਸ਼ੋਹਰ ਕੈਂ ਸ਼ਾਨ ਦਾ ਮਾਲਿਕ, ਜਿਹੜੇ ਜਸ਼ਨ ਵਿੱਚ ਹਾਜ਼ਰ ਹੋ, ਲਫ਼ਜ਼ ਆਖਸਾਂ ਪਤਾ ਲੱਗ ਸੀ ਬੈਠੋ, ਸਾਹਿਬ ਸੁਣਦੇ ਹੀ ਬੈਠੇ ਹੋਈ ਨਹੀਂ, ਜੇ ਹਾਜ਼ਰ ਬੈਠੇ ਹੋਏ ਤਾਂ ਪਤਾ ਲੱਗਵੇ ਸੀ। ਆਖਰੀ ਸਹਿਣ ਦੇ ਮੁਖਾਤਿਬ ਹੋ ਕੇ ਆਦੀਆਂ ਸਹਿਣ, ਤੂੰ ਵੀ ਦੱਸ, ਤੁਹਾਡਾ ਸ਼ੋਹਰ ਕੈਂ ਸ਼ਾਨ ਦਾ ਮਾਲਿਕ, ਮੇਰੀ ਸਹਿਣ ਇਹਨਾਂ ਔਰਤਾਂ ਦੀ ਖਾਤਰ ਨਹੀਂ, ਆਪਣੇ ਸ਼ੋਹਰ ਦੇ ਨਾਮ ਦੀ ਤਾਜ਼ੀਮ ਦੀ ਖਾਤਰ ਉੱਠੀ ਹੈ। ਹਾਏ ਹਾਏ, ਤੁਹਾਡੀ ਜ਼ਿੰਦਗੀ ਨਾਰੇ ਹੈਦਰੀ ਯਾ ਅਲੀ, ਇਹਨਾਂ ਔਰਤਾਂ ਦੀ ਖਾਤਰ ਨਹੀਂ, ਆਪਣੇ ਸ਼ੋਹਰ ਦੇ ਨਾਮ ਦੀ ਤਾਜ਼ੀਮ ਦੀ ਖਾਤਰ ਉੱਠੀ। ਇੰਜ ਕਿਉਂ ਨਾ ਖੱਲਾ ਦੀ ਕਸਮ ਚਾ ਕੇ ਪਿਆਦਾਂ, ਉਹ ਬੀਬੀ ਸੈਣ ਆਪਣੇ ਸ਼ੋਹਰ ਦੇ ਨਾਮ ਦੀ ਤਾਜ਼ੀਮ ਦੀ ਖਾਤਰ ਉੱਠੀ ਹੈ, ਜਿਹਦੀ ਤਾਜ਼ੀਮ ਦੀ ਖਾਤਰ ਖੁਦ ਰਸੂਲ ਉੱਠੀ ਨੇ। ਠੀਕ ਹੈ ਨਾ, ਮਹਾਰਾਜ ਜਲ ਪਾ ਰਹਿਣ ਦੇ ਮੋਤੀਆਂ ਦੀ ਮਾਂ ਮਿੰਬਰ ਦੇ ਸਾਹਮਣੇ ਆਈ। ਹੈ ਭਾਈ, ਅਜੇ ਤਾਰੀਫ ਸ਼ੁਰੂ ਨਹੀਂ ਕੀਤੀ, ਇੱਕ ਨੁਤਫਾ ਨਾ ਤਾਕੀਕ ਔਰਤ ਉੱਠੀ। ਹਾਏ ਹਾਏ, ਜਿਹਨ ਆਪਣੇ ਪਿਓ ਦਾ ਪਤਾ ਹੀ ਕੋਈ ਨਾ, ਇੰਜ ਆਖਣ ਬਾਤ ਸਮਝ ਵੈਸੇ। ਤਵੱਜੋ ਹੈ ਭਾਈ, ਨੁਤਫਾ ਨਾ ਤਾਕੀਕ ਔਰਤ ਉੱਠੀ ਹੈ, ਇਰਾਦਾ ਬਣਾਏ ਜੋ ਮੈਂ ਰੋਕ ਦੇਵਾਂ, ਅਜੇ ਇਰਾਦਾ ਬਣਾਇਆ ਉਸ ਜਮਦੀ ਸੈਣ ਹਕਲ ਮਾਰ ਕਾ ਦਿਓ, ਖਬਰਦਾਰ ਉੱਚਾ ਲਾਫ ਨਾ ਬੋਲੇ ਮੈਨੂੰ ਸੁਣਾਣ, ਮੈਂ ਆਲਮਾ ਗੈਰੇ ਮੁਆਲਮਾ ਬੀਬੀ ਹਾਂ। ਹਾਏ ਹਾਏ ਹਾਏ, ਤੂੰ ਜਿਵੇਂ ਬਾਈ ਆਜ਼ਾਦੀ ਹੋ ਗਈ, ਮੈਂ ਆਲਮਾ ਗੈਰੇ ਮੁਆਲਮਾ ਬੀਬੀ ਹਾਂ, ਮੈਂ ਜਾਣਦੀ ਹਾਂ ਜੋ ਕੁਛ ਤੂੰ ਆਖਣਾ ਚਾਹੁੰਦੀ।
ਸੈਣ ਮੈਂ ਕੀ ਆਖਣਾ ਚਾਹੁੰਦੀ ਆ। ਸੈਣ ਮੁਸਕਰਾ ਕੇ ਫਰਮਾਉਂਦੀ ਹੈ, ਤੂੰ ਹੀ ਕੁਝ ਆਖਣਾ ਚਾਹੁੰਦੀ ਹੈ। ਤੇਰਾ ਸ਼ੌਹਰ ਕਾਇਨ ਸ਼ਾਨ ਦਾ ਮਾਲਿਕ, ਤੇਰਾ ਸ਼ੌਹਰ ਇੱਕ ਯਹੂਦੀ ਦੇ ਬਾਗ ਵਿੱਚ ਮਜ਼ਦੂਰੀ ਕਰੇ ਲੈ, ਬੀਬੀਆਂ ਦੀਆਂ ਮਜ਼ਦੂਰੀਆਂ ਕਰਨੀਆਂ ਤੁਹਾਨੂੰ ਬੜੀਆਂ ਯਾਦ ਹਨ। ਖੈਬਰ ਦਾ ਦਾਰੋ ਡਾਵਣਾ ਭੁੱਲ ਗਈਆਂ ਉਹ। ਹੈ ਬੀਬੀ ਆਦੀ, ਤੈਨੂੰ ਸ਼ਰਮ ਨਹੀਂ ਆਉਂਦੀ? ਮਜ਼ਦੂਰੀ ਉਸ ਦੇ ਜ਼ਿੰਮੇ ਲੈਂਦੇ ਹੋ ਜਿਹਨੂੰ ਆਪਣੇ ਰਕਬੇ ਦੇ ਹਦੂਦ ਦੇ ਅਰਦ ਤੋਂ ਪਤਾ ਹੀ। ਬੋਲੋ, ਤੁਹਾਨੂੰ ਅਲੀ ਬਾਦਸ਼ਾਹ ਦੇ ਰਕਬੇ ਦੇ ਹਦੂਦ ਦਾ ਪਤਾ ਹੋਵਿਆ? ਕਦੀ ਨਾ ਖਵਾ ਮਜ਼ਦੂਰੀਆਂ। ਤਵੱਜੋ ਹੈ, ਬੋਲੋ ਤਾਂ ਸਹੀ। ਆ ਤੈਨੂੰ ਮੈਂ ਦੱਸਾਲੀ ਬਾਦਸ਼ਾਹ ਦੇ ਰਕਬੇ ਦੇ ਹਦੂਦ ਅਰਬਾ, ਜਿੱਥੋਂ ਸੂਰਜ ਚੜ੍ਹਦਾ ਉਹ ਰਕਬਾ ਵੀ ਅਲੀ ਦਾ, ਜਿੱਥਾਂ ਲਾਂਦਾ ਉਹ ਰਕਬਾ ਵੀ ਅਲੀ ਦਾ। ਦਸਤੂਰੇ ਜ਼ਮਾਨੇ ਗੱਲ ਸੁਣੋ, ਦਾ ਨਾ ਚਿਹਰੇ ਬੈਠੇ ਜੀ, ਉਹ ਹੁੰਦੀ ਗੱਲ ਏ ਪੰਚਾਇਤ ਵਿੱਚ ਬਾਂਧਦੇ ਉਸ ਬਈ ਹਾਜੀ ਬਾਬਾ ਹਾਜੀ ਮੁਹੰਮਦ ਹੁਸੈਨ ਦੇ ਵਿਹੜੇ ਜੰਮੇ ਨੇ ਮੇਰੇ ਭਾਈ, ਇਸ ਦੇ ਵਿਹੜੇ 'ਚ ਇਸ ਦੀ ਜਾਇਦਾਦ ਦੇ ਇਹਦੇ ਬਾਅਦ ਕੌਣ ਮਾਲਿਕ ਹੋ ਸਕੇ? ਬੋਲੋ, ਜਿਹੜੇ ਉਸ ਵਿਹੜੇ ਜੰਮੇ ਨਾ, ਬੋਲੋ ਦੱਸੋ ਅਲੀ ਕਹਿੰਦੇ ਵਿਹੜੇ 'ਚ ਆਇਆ? ਬੋਲੋ, ਜਾਂਦੇ ਵਿਹੜੇ ਚਲੀ ਆਇਆ। ਵਿਹੜੇ ਦਾ ਮਾਲਿਕ ਜਿਹੜਾ ਹੋਵੇ ਉਹ ਤਾਂ ਜਿੱਥੋਂ ਤਾਈਂ ਹਦੂਦ ਅਰਬ ਹੋਵੇ ਉੱਥੋਂ ਤਾਈਂ ਉੱਥੇ ਉਸ ਘਰ ਜੰਮਣ ਵਾਲਾ ਵਾਰਿਸ ਹੁੰਦੇ। ਬੋਲੋ, ਉਹ ਆਇਆ ਜੋ ਅੱਲਾ ਦੇ ਘਰ 'ਚ ਤਾਂ ਮਾਲਿਕ ਕਿੱਥੋਂ ਤਾਈਂ ਹੈ? ਬੋਲੋ, ਜਿੱਥੋਂ ਤਾਈਂ ਖੁਦਾ ਦੀ ਖੁਦਾਈ ਹੈ ਉੱਥੋਂ ਤਾਈਂ। ਬੋਲੋ ਨਾ, ਲੁੱਟ ਲਿਆ ਨੇ ਬੀਬੀਆਂ ਦੀਆਂ ਸਰਤਾਜ ਮੈਂ ਮੌਜੂਦ ਜਵਾਬੇ ਨੀਂਦਾ ਹਰ ਕਿਰਦਾਰ ਮੁਜ਼ੰਮਲ ਬਣਦਾ ਯਾਸੀਨ ਬਣੇ ਹਰ ਬਾਬੇ ਬੀਬੀਆਂ ਦੀਏ ਕੁਰਾਨ ਕਸੀਦਾ ਇਹਨੇ ਬਾਲਾਂ ਦਾ ਜੰਨਤ ਦੇ ਪੁੱਤਰ ਨਵਾਬੇ ਹੱਦ ਮੁੱਕ ਗਈ ਹੈ ਇਨਿਆਂ ਦਰਜਿਆਂ ਦੀ ਦਾ ਚਿਹਰਾ ਤੱਕਣ ਸਵਾਵੇ। ਬੋਲੋ ਬਿਸਮਿਲਲਾ ਬਾਬਾ ਜੀ, ਅੱਲਾ ਦੁਨੀਆਂ ਕਰੇ ਲਾਵੇ ਮਤਲਬ ਗਦੀਰ ਮਨਾਈ ਬੈਠੇ ਹੋ, ਮਕਾਮ ਖੁਮ ਗਦੀਰ ਪਲਾਣਾ ਦਾ ਮਿੰਬਰ, ਉਹਨਾਂ ਬੰਦਿਆਂ ਤੋਂ ਪਲਾਣੇ ਲਏ ਜਿਹੜੇ ਬੰਦੇ ਨਸ ਜੱਡੀਅਲ ਮੈਦਾਨ ਅੱਲਾ ਬਾਦਸ਼ਾਹ ਆਖੋ, ਜਿਹੜੇ ਅੱਗੇ ਜਾ ਰਹੇ ਉਹਨਾਂ ਨੂੰ ਪਿੱਛੇ ਬੁਲਾ, ਜਿਹੜੇ ਪਿੱਛੇ ਆ ਰਹੇ ਉਹਨਾਂ ਨੂੰ ਅੱਗੇ ਬੁਲਾ, ਜਿਹੜੇ ਅੱਗੇ ਨੂੰ ਉਹਨਾਂ ਨੂੰ ਸਾਹਮਣੇ ਬੁਲਾ। ਸੁਣਦੇ ਬੈਠੇ ਹੋ, ਵਿੱਚ ਔਲਾ ਕੋਈ ਨਾ ਹੋਵੇ, ਨਾ ਕੰਧ ਦਾ, ਨਾ ਕਿਸੇ ਝਾੜੀ ਦਾ, ਇਕੱਠੇ ਕਰਕੇ ਤੀ ਨਿਸਬੋ ਨਿਹਾਰ ਤੇ ਸਰ ਤੇ ਤਵੱਜੋ ਹੈ, ਐਨ ਜ਼ਵਾਲ ਦਾ ਟਾਈਮ ਏ ਜੋ ਸਾਇਆ ਹੁੰਦੇ ਦਰਖਤ ਵੀ ਝਾੜੀ ਦਾ ਵੀ ਇਨਸਾਨ ਦਾ ਵੀ ਸਾਇਆ ਹੁੰਦਾ, ਇਹਨਾਂ ਨੂੰ ਆਪਣੇ ਸਾਏ ਦਾ ਹੀ ਪਤਾ ਨਾ ਲੱਗੇ ਜੇ ਅੱਧੀ ਸਿਰ ਤੇ। ਤਵੱਜੋ ਹੈ, ਉਸ ਵੇਲੇ ਐਲਾਨ ਕਰਕੇ ਦੱਸ ਜਾ। ਤਵੱਜੋ ਹੈ, ਜਾਂਦਾ ਜਾਂਦਾ ਮੈਂ ਆਉਂਦਾ ਆਉਂਦਾ ਮੇਰਾ ਪਿਆ ਜਲਸਾ ਗਦੀਰੀ ਤਾਂ ਭਾਈ ਖਤਮ ਹੋ ਗਿਆ, ਦੋ ਆਖਿਰ 'ਚ ਪੜ ਗਿਆ। ਤਵੱਜੋ ਹੈ, ਲੁਤਫ ਲੈਣੇ ਖਤਮ ਹੋਇਆ ਵਾਪਸ ਵੇਲੇ ਆਖਰੀ ਹੱਜ ਆਈ, 1.25 ਲੱਖ ਹਾਜੀਆਂ ਐਲਾਨ ਸੁਣੇ, ਜਦੋਂ ਵਾਪਸ ਵਾਲੇ ਜਿਹੜੇ ਮੁੰਡੇ
ਮੁੰਡੇ ਤੇ ਲੂਲੇ ਤੇ ਲੰਗੜੇ ਨਾ ਹਨ ਹਾਜ ਤੇ ਵਾਂ ਸੱਚੇ ਹੈ ਉਹ ਹਰ ਵਿਆਹ ਵਾਸਤੇ ਹਾਰ ਚਾਹੀਵੇ ਤੇ ਹੈ ਹਰੇ ਹੋਇਆ ਵਾਸਤੇ ਹਾਰ ਚਾਹੀਵਦੇ ਹਨ ਅੱਗੇ ਹਰ ਸਾਲ ਹਜ ਤੇ ਵਹਿੰਦੇ ਹਨ ਬਲਕਿ ਆਂਦੇ ਹਨ ਬੜੇ ਮੁਸਕਰਾਉਂਦੇ ਬੜੇ ਖੁਸ਼ ਹੁਣ ਕਿਨਾਂ ਦੇ ਮੂੰਹ ਤੇ 3 ਵਜੇ ਹੋਏ ਕਿਨਾਂ ਦੇ 13 ਅੱਜ ਹੈ ਲੁਤਫ ਲਓ ਮਵਾਲੀਆਂ ਹਲਾਲੀਆਂ ਦੇ ਹਾਂ ਠਾ ਜਾਵੇ ਕੇ ਬਣੀ ਨੇ ਉਹਨਾਂ ਖਾ ਅੱਜ ਉਹ ਹੋਏ ਜਿਸ ਵਾਸਤੇ ਮਿਹਨਤ ਕਰਦੇ ਰਹੇ ਹਾਂ ਸਾਰੀ ਜ਼ਿੰਦਗੀ ਭਾਈ ਨਾ ਹੋ ਸਕੇ ਅੱਜ ਉਹ ਹੋ ਕੇ ਰਿਹਾ ਰਿਸ਼ਤੇ ਹੀ ਬੜੇ ਦਿੱਤੇ ਰਿਸ਼ਤਿਆਂ ਦੇ ਉੱਤੋਂ ਰਿਸ਼ਤੇ ਵਧੇ ਜਾਂਦੇ ਨੇ ਭਾਈ ਇਹ ਕੰਮ ਨਾ ਹੋਵੇ ਰਿਸ਼ਤੇਦਾਰੀ ਸਾਡੇ ਨਾਲ ਕੂੜੀ ਹੋਵੇ ਸੀ ਲੇਕਿਨ ਜਿਸ ਨੂੰ ਨਾ ਉਸ ਬਣਾਵਣੀ ਉਸਨ ਬਣਾ ਛੋੜੀ ਸੀ ਉਹਨਾਂ ਤਵੱਜੋ ਹੈ ਸੁਲੇਮਾਨ ਦੇ ਚਿਹਰੇ ਤੇ ਮੁਸਕਰਾਹਟ ਲਹਿਰਾਈ ਮਸਜਿਦ ਨਬਵੀ ਚ ਵਾਜ ਫਰਮਾਰਨ ਕਾਇਨਾਤ ਰਸੂਲ ਜੀ ਦਾ ਵੱਲੇ ਤਾਂ ਵਾਜ ਦੇ ਦੌਰਾਨ ਉਹਨਾਂ ਆਖਿਆ ਜੀ ਆਖਰੀ ਹਜ ਵੱਲਿਆਂ ਇਹ ਕੰਮ ਕਿਹੜਾ ਕੀਤਾ ਰਿਸ਼ਤੇ ਸਭ ਪੈ ਦਿੱਤੇ ਵਾਕ ਬਿਰਾ ਨੂੰ ਬਣਾ ਛੋੜੀ ਸਰਕਾਰ ਫਰਮਾਇਆ ਮੈਂ ਤਾਂ ਜੇ ਕੁਝ ਹੋਰ ਹੀ ਆਖਣਾ ਤੁਹਾਡਾ ਇਤਨਾ ਦਰ ਸੁਣਾਈ ਮਨ ਕੁੰਤ ਮੌਲਾ ਫਾਜ਼ਾਲੀਆਂ ਇਹ ਫਰਮਾ ਦਿੱਤੇ ਨੇ ਸਰਕਾਰ ਫਰਮਾਇਆ ਮੈਂ ਤਾਂ ਜੇ ਕੁਝ ਹੋਰ ਹੀ ਆਖਣਾ ਹੀ ਤੁਹਾਡਾ ਇਤਨਾ ਜ਼ਰਫ ਨਾ ਤੁਹਾਡੇ ਜ਼ਰਫ ਦਾ ਇਤਨਾ ਕਾਤੀ ਨਾ ਅੱਜ ਮੈਂ ਗੱਲ ਕਰਾਂ ਜਾਂ ਮਸਜਿਦ ਦੇ ਦਰ ਤੋਂ ਅਚਾਨਕ ਇਮਰਾਨ ਦੇ ਚੰਦ ਦਾ ਬਰੂਦ ਹੋਇਆ ਹਾਏ 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 ਕਾਇਨਾਤ ਰਸੂਲ ਦੀ ਜ਼ੁਬਾਨ ਚ ਦੋ ਲਫ਼ਜ਼ ਨਿਕਲੇ ਯਾ ਅਲੀ ਅੰਤ ਕਸੀਮ ਉਨਾਰ ਵਲ ਜੰਨਾ ਇਹ ਉਹਦੀ ਜ਼ੁਬਾਨ ਚ ਲਫ਼ਜ਼ ਨਿਕਲੇ ਅੱਲਾ ਦੀ ਕਸਮ ਹੈ ਜਿਹਦੇ ਕਦਮਾਂ ਦੀ ਖਾਕ ਚੱਟ ਕੇ ਲੋਕ ਤਾਸੀਰ ਹਾਸਿਲ ਕਰਦੇ ਹਨ ਸਜ ਧਜ ਕੇ ਨਿਕਲੇ ਯਾ ਅਲੀ ਅੰਤ ਕਸੀਮ ਉਨਾਰ ਵਲ ਜੰਨਾ ਆਪਣੇ ਪਰਾਇਆ ਇਹ ਗੱਲ ਵੀ ਸੁਣ ਲਈ ਬਈ ਉੱਥੇ ਆਪ ਛੋੜਿਆ ਮਨ ਕੁੰਤ ਮੌਲਾ ਹੋ ਫਹਾਜ਼ਾ ਅਲੀ ਅਨ ਮੌਲਾ ਬਾਬਾ ਮੁਹੰਮਦ ਹੁਸੈਨ ਜੀ ਹਾਜੀ ਸਾਹਿਬ ਬੇਟੇ ਦੀ ਗੱਲ ਸੁਣ ਤੇ ਲੁਤਫ ਲੈ ਬਈ ਪਿੱਛੇ ਤਾਂ ਹੀ ਆਖਣਾ ਤਾਂ ਹੈ ਨਾ ਬਈ ਮੇਰਾ ਪੁੱਤਰ ਰੰਗ ਦਾ ਕਾਲਾ ਜ਼ਾਕਰ ਚੰਗਾ ਹੈ ਗੱਲਾਂ ਚੰਗੀਆਂ ਕੀ ਹੈ ਬਈ ਉੱਥੇ ਐਲਾਨ ਕੀਤਾ ਮਨ ਕੁੰ ਤੋਂ ਮੌਲਾ ਫਾਜ਼ਾ ਅਲੀ ਅਨ ਮੌਲਾ ਜੋ ਮਸਜਿਦ ਨਬਵੀ ਚ ਆਇਆ ਤੇ ਅਸਾਂ ਆਪਣੀ ਰਿਸ਼ਤੇਦਾਰੀ ਵੀ ਦੱਸੀ ਤੇਰੇ ਨਾਲ ਸਾਡੇ ਕੂੜੇ ਸਾਂਗੇ ਕਿਤਨੇ ਤਾਂ ਇਹ ਕੀ ਕੀਤਾ ਇਸਰਾਰ ਕਰਨ ਦੇ ਬਾਵਜੂਦ ਉੱਤੋਂ ਆਪ ਛੋੜਨ ਯਾ ਅਲੀ ਅੰਤ ਕਸੀਮ ਉਨਾਰ ਵਲ ਜੰਨਾ ਤਵੱਜੋ ਹੈ ਕਾਇਨਾਤ ਦਾ ਰਿਜ਼ ਤਕਸੀਮ ਕਰਨ ਲਈ ਤੂੰ ਹੈ ਜੰਨਤ ਜਹੰਨਮ ਦਾ ਤਕਸੀਮ ਕਰਨਦਾ ਹੀ ਗੱਲ ਤਾਂ ਮੁੱਕ ਗਈ ਚਲੋ ਖੈਰ ਹੋ ਗਈ ਉਸ ਦਿਨ ਤੂੰ ਬਾਬਾ ਜੀ ਇਹ ਸੋਚਣ ਲੱਗ ਪਏ ਭਾਈ ਅਜੇ ਤਾਈਂ ਤਾਂ ਆਪ ਇਨ ਹਯਾਤ ਜਦੋਂ ਤੁਰੇ ਤਾਂ ਮੁੱਕ ਲਸਾਂ ਹਾਏ ਸੁਣਦੇ ਬੈਠੇ ਹੋ ਬੁਰਕਾ ਵਟਾਇਆ ਇੰਨਾ ਜਨਾਜ਼ਾ ਨਾ ਪੜਿਆ ਇਹਨਾਂ ਗੱਲਾਂ ਦੀ ਵਜ੍ਹਾ ਸੁਣ ਇਹ ਲੁਤਫ ਲੈ ਮੁਸਲਮਾਨਾਂ
ਜਨਾਜ਼ਾ ਇਹਨਾਂ ਤਕਲੀਫ ਵਿੱਚ ਬੈ ਕੇ ਮੀਟਿੰਗ ਤਿਆਰ ਇਹਨਾਂ ਆਪਣੀ ਮਰਜ਼ੀ ਮੁਤਾਬਿਕ ਨਾ ਅੱਲਾ ਦੀ ਮਰਜ਼ੀ ਸ਼ਾਮਿਲ ਨਾ ਅੱਲਾ ਦੇ ਨਬੀ ਦੀ ਮਰਜ਼ੀ ਸ਼ਾਮਿਲ ਇਹਨਾਂ ਆਪਣੀ ਮਰਜ਼ੀ ਮੁਤਾਬਿਕ ਇੱਕ ਬਾਦਸ਼ਾਹ ਚੁਣ ਲਿਆ ਤਵੱਜੋ ਹੈ ਅਲੀ ਵਾਲੇ ਘਬਰਾ ਗਏ ਅਲੀ ਦਾ ਇੱਕ ਮਲੰਗ ਰਾਤ ਦੇ ਸਮਰੇ ਚ ਅਲੀ ਵਾਲਿਆਂ ਦੇ ਦਰਵਾਜ਼ੇ ਤੇ ਵੱਜ ਕੇ ਦਸਤਕ ਦੇ ਕੇ ਆਖਿਆ ਅਲੀ ਵਾਲਿਆਂ ਜਿੱਥੇ ਤੇ ਜਿਹੜਾ ਕੰਮ ਮੁਸਲਮਾਨਾਂ ਚ ਇੱਕ ਤਾਂ ਜਨਾਜ਼ੇ ਚ ਨਹੀਂ ਰਹੇ ਦੂਜਾ ਆਪਣੀ ਮਰਜ਼ੀ ਮੁਤਾਬਿਕ ਬਾਦਸ਼ਾਹ ਬਣਾ ਲਿਆ ਜਿਹਦੇ ਵਿੱਚ ਨਾ ਅੱਲਾ ਦੀ ਮਰਜ਼ੀ ਸ਼ਾਮਿਲ ਹੈ ਨਾ ਅੱਲਾ ਦੇ ਨਬੀ ਦੀ ਮਰਜ਼ੀ ਸ਼ਾਮਿਲ ਅਲੀ ਵਾਲਿਆਂ ਉਹ ਰਾਤ ਵਿੱਚ ਬਹਿ ਕੇ ਗੱਲਾਂ ਕਰਨ ਵਾਲੀਆਂ ਨਹੀਂ ਅੰਦਰ ਵੜ ਕੇ ਗੱਲਾਂ ਕਰਨ ਵਾਲੀਆਂ ਨਹੀਂ ਇਹ ਬਾਹਰ ਨਿਕਲ ਕੇ ਗੱਲਾਂ ਕਰੀਏ ਕਰੀਏ ਗਲੀਆਂ ਅਤੇ ਬਾਜ਼ਾਰਾਂ 'ਚ ਇੱਕ ਦੋ ਬੰਦੇ ਨਹੀਂ ਸਾਰੇ ਰਲ ਮਿਲ ਕੇ ਕਰੀਏ ਭਾਈ ਆਹ ਗੱਲ ਸੁਣੀ ਹੈ ਤਾਂ ਲੁੱਟ ਲੈ ਅਤੇ ਪਿੱਛੇ ਯਾਦ ਆ ਸੀ ਤਾਂ ਮੇਰੇ ਆਪ ਦੀ ਦੁਆ ਕਰੇ ਸੀ ਆਪਣੀ ਮਰਜ਼ੀ ਮੁਤਾਬਿਕ ਇਹਨਾਂ ਬਾਦਸ਼ਾਹ ਬਣਾ ਲਏ ਇਸ ਨੂੰ ਬਾਦਸ਼ਾਹ ਨਹੀਂ ਹੋਣਾ ਚਾਹੀਦਾ ਰਾਤ ਦੇ ਸਮਰੇ ਚਲੀ ਦਾ ਮਲੰਗ ਅਲੰਗ ਕਰਿਆ ਚਿੱਟੇ ਨੀਂਹ ਨੂੰ ਕਰੀਏ ਕਰੀਏ ਗਲੀਆਂ ਬਾਜ਼ਾਰਾਂ 'ਚ ਰੋਡਾਂ 'ਤੇ ਕਰੀਏ ਉਹ ਜਿਹੜਾ ਬਾਦਸ਼ਾਹ ਇਹਨਾਂ ਮੁਸਲਮਾਨਾਂ ਬਣਾਇਆ ਨਾ ਉਸਦੇ ਚੰਦ ਜਾਸੂਸ ਦੇ ਧਿਆਨ ਉਹਨਾਂ ਨੂੰ ਪਤਾ ਲੱਗਾ ਵੀ ਅਲੀ ਦਾ ਮਲੰਗ ਗਲੀਆਂ 'ਚ ਰਾਤ ਦੇ ਸਮਰੇ ਦਰਵਾਜ਼ਿਆਂ 'ਤੇ ਦਸਤਕ ਦੇ ਕੇ ਗੱਲਾਂ ਬਾਜ਼ਾਰ 'ਚ ਕਹਿੰਦਾ ਉਹਨਾਂ ਆ ਕੇ ਰਿਪੋਰਟ ਲਾ ਦਿੱਤੀ ਰਾਤ ਦੇ ਸਮਰੇ 'ਚ ਗੱਲਾਂ ਕਰਦੇ ਉੱਥੇ ਗੱਲਾਂ ਰੋਕ ਵਰਨਾ ਬਗਾਵਤ ਪੈ ਗਈ ਸੀ ਉਸ ਅਲੀ ਦੇ ਮਲੰਗ ਨੂੰ ਘਰ ਆਪਣੇ ਦਰਬਾਰ 'ਚ ਬੁਲਾ ਲਿਆ ਬੁਲਾ ਕੇ ਆਖਿਆ ਸੋ ਅਲੀ ਦਾ ਮਲੰਗ ਤੈਨੂੰ ਨਹੀਂ ਪਤਾ ਮੈਂ ਵਕਤ ਦਾ ਬਾਦਸ਼ਾਹ ਖਬਰਦਾਰ ਆਇੰਦਾ ਰਾਤ ਦੇ ਸਮਰੇ 'ਚ ਗੱਲਾਂ ਨਾ ਕੀਤੀਆਂ ਅਲੀ ਦਾ ਮਲੰਗ ਉਸ ਤਰ੍ਹਾਂ ਕਦੇ ਤੈਨੂੰ ਨਹੀਂ ਪਤਾ ਮੈਂ ਅਲੀ ਬਾਦਸ਼ਾਹ ਦਾ ਸੱਚਾ ਅਤੇ ਸੁੱਚਾ ਮਲੰਗ ਜੇ ਗੱਲਾਂ ਨਾਲ ਰੱਖ ਲਈਏ ਤਾਂ ਗੱਲਾਂ ਹੀ ਸੁਣੋ ਤਾਂ ਸਹੀ ਤਵੱਜੋ ਹੈ ਮੈਂ ਅਲੀ ਬਾਦਸ਼ਾਹ ਦਾ ਸੱਚਾ ਅਤੇ ਸੁੱਚਾ ਮਲੰਗ ਹਾਂ ਚਲੋ ਤਾਂ ਮੈਂ ਕਰੋੜ ਦਿੱਤੇ ਵੀ ਰਾਤ ਦੇ ਸਮਰੇ 'ਚ ਗੱਲਾਂ ਨਾ ਕੀਤੀਆਂ ਤਾਂ ਵਾਅਦਾ ਕਰੇ ਨਾ ਆਇੰਦਾ ਰਾਤ ਦੇ ਸਮਰੇ 'ਚ ਨਾ ਕਰੇ ਅਲੀ ਦਾ ਮਲੰਗ ਵਾਲਾ ਆ ਰਾਤ ਉਸ ਤਾਰੇ ਗਿਣਦੇ ਗੁਜ਼ਾਰੀ ਚੜ ਪਿਆ ਜੀ ਉਹਦਾ ਅੱਗੇ ਪਤਾ ਤਾ ਉਹ ਜਿਹੜਾ ਇਸ ਨੂੰ ਹੋਣੇ ਲੱਗ ਗਏ ਬਈ ਮੈਂ ਅੱਗੇ ਰਾਤ ਦੇ ਸਮਰੇ 'ਚ ਇਹਦੇ ਡਰ ਕਰਦਾ ਹੁੰਦਾ ਇਸ ਨੂੰ ਤਾਂ ਪਤਾ ਲੱਗ ਗਿਆ ਹੁਣ ਮੈਨੂੰ ਰਾਤ ਦੀ ਜ਼ਰੂਰਤ ਨਹੀਂ ਮੈਨੂੰ ਬੰਨਣ ਦੀ ਜ਼ਰੂਰਤ ਹੀ ਨਹੀਂ ਹੁਣ ਮੈਂ ਚਿੱਟੇ ਦੀ ਨੂੰ ਕਰੇ ਸੀ ਡੀ ਚੜ ਪਿਆ ਨਮਾਜ਼ ਫਰੀਜ਼ਤ ਫਾਰਿਗ ਹੋਇਆ ਹਾਥੀ ਤਸਬੀਹ ਤਾਕੀ ਬਾਤ ਅੱਗੇ ਮੁਸੱਲੇ 'ਤੇ ਕਰਦਾ ਜੀ ਅੱਜ ਸੋਧਿਆ ਕਰਦਾ ਵਧੇ ਅਲੀ ਦਾ ਮਲੰਗ ਹੈ ਮਦੀਨੇ ਸ਼ਹਿਰ ਦੀਆਂ ਗਲੀਆਂ ਨੂੰ ਟੁਰਦ ਹੋਇਆ ਉਸ ਚੌਕ 'ਚ ਆਇਆ ਜਿਸ ਨੂੰ ਸਾਰੀਆਂ ਗਲੀਆਂ ਰੁਕੀਆਂ ਇੰਝ ਆਖਾਂ ਮਦੀਨੇ ਦੇ ਗੜਟਾ ਘਰ ਵਾਲੇ ਚੌਕ 'ਚ ਆ ਕੇ ਖੜ ਗਿਆ ਲੋਕਾਂ ਦੀ ਆਮਦ ਰਫਤ ਦਿੱਤੀ ਵਜੋ ਤੇ ਹਕਲ ਮਾਰ ਆ ਮਦੀਨੇ ਵਾਲੋ ਤੁਹਾਨੂੰ ਨਹੀਂ ਪਤਾ ਮੈਂ ਰਾਤ ਦੇ ਸਮਰੇ ਚੰਦ ਗੱਲਾਂ ਕਰਦਾ ਵਕਤ ਬਾਦਸ਼ਾਹ ਦੀ ਤਬੀਅਤ ਦੇ ਨਾ ਗਵਾਰ ਗੁਜ਼ਰੀਆਂ ਉਸ ਮੈਨੂੰ ਦਰਬਾਰ 'ਚ ਬੁਲਾ ਕੇ ਰੋਕਿਆ ਖਬਰਦਾਰ ਆਇੰਦਾ ਰਾਤ ਦੇ ਸਮਰੇ 'ਚੋਂ ਗੱਲਾਂ ਨਾ ਕੀਤੀਆਂ ਕਰ ਅੱਜ ਅਲੀ ਦੇ ਮਲੰਗ ਦਾ ਦਿਲ ਜੁੜ ਗਿਆ ਚਿੱਟੇ ਦੀ ਨੂੰ ਨਾ ਸੁਣਾਵਾਂ ਲੋਕਾਂ ਦਾ ਜਾਮ ਘੱਟ ਹੋ ਗਿਆ ਤਿਲ ਧਰਨ ਦੀ ਜਗ੍ਹਾ ਨਾ ਰਹੀ ਰਸ਼ ਵੱਧ ਗਿਆ ਤਵੱਜੋ ਰਸ਼ ਵੱਧ ਗਿਆ ਤਿਲ ਧਰਨ ਦੀ ਜਗ੍ਹਾ ਨਾ ਰਹੀ ਉਹ ਲੋਕਾਂ ਅੱਖ ਗਰਮੀ ਦਾ ਮੌਸਮ ਹੈ ਮਲੰਗ ਹੇਠਾਂ ਮੁਲਕ ਜਮ੍ਹਾਂ ਕਰ ਲਿਆ ਦੱਸ ਤਾਂ ਸਹੀ ਉਹ ਗੱਲਾਂ ਕਿਹੜੀਆਂ ਤੇਰਾ ਨਾਂ ਕਿਵੇਂ ਉਹ ਗੱਲਾਂ ਕਿਹੜੀਆਂ ਰੋਕਿਆ ਕਾਇਆ ਤਵੱਜੋ ਹੈ ਇਜਾਜ਼ਤ ਦਿਓ ਤਾਂ ਉਸ ਅਲੀ ਦੇ ਮਲੰਗ ਦਾ ਤਾਰੁਫ ਅਤੇ ਉਹ ਗੱਲਾਂ ਕਸੀਦੇ ਦੇ ਰੰਗ ਹੀ ਸੁਣਵਾਵਾਂ ਸੁਣਵਾਵਾਂ ਅਬੂ ਜ਼ਰ
Ali Mola, Ali Mola, Ali Mola, Ali Mola. Ma dekha jehde bande nahi bol pa sakde je shane ch Ali nu imam hi mande hoen te bole ni nahi e ho hi nahi sakda ਮਾਂ ਨੇ ਨਾ ਦੇ ਅਲੀ ਪੜ ਕੇ ਦੁੱਧ ਪਿਲਾਇਆ ਹੋਵੇ ਤੇ ਬੰਦਾ ਬੋਲੇ ਨਹੀਂ ਲੁੱਥ ਲੈਣਾ ਹੈ ਸ਼ਾਬਾਸ਼ ਮੈਂ ਪੀ ਦਿਆ ਬਾਣਾ ਹੈ ਜਿਗਰ ਨੂੰ ਕਾਬੂ ਕਰ ਬਾਣਾ ਹੈ ਇਸ ਬਸਵੀਂ ਚੀਰ ਕੇ ਹਦੇਲੀ ਜਾ ਕੇ ਲਈ ਕਾਬੂ ਰੱਖਾ ਇਸ ਨੂੰ ਮੈਂ ਦੇਖਾਂ ਕਿਵੇਂ ਨਾ ਬੋਲੇ ਬਾਲ ਸਰਵਰ ਦੇ ਅਲੀ ਸੁਲਤਾਨ ਹੈ ਬਾਲ ਸਰਵਰ ਦੇ ਅਲੀ ਸੁਲਤਾਨ ਹੈ ਬਾਲ ਸਰਵਰ ਦੇ ਅਲੀ ਸੁਲਤਾਨ ਹੈ ਉਸਨੇ ਰਸ਼ ਲਾਇਆ ਹੋਇਆ ਬਾਪ ਦੇ ਬਾਦਸ਼ਾਹ ਤੋਂ ਕੁਰਸੀ ਛੁੱਟ ਕੇ ਦੌੜਦਾ ਚੌਕ ਵਿੱਚ ਆ ਗਿਆ ਦੂਰ ਦੂਰ ਹੱਕਾ ਮਾਰੀ ਅੱਗੇ ਤਾਂ ਆ ਹੀ ਨਹੀਂ ਸਕਦਾ ਅਲੀ ਦਾ ਮਲੰਗ ਤੈਨੂੰ ਜੇ ਰੋਕ ਕਈ ਖਬਰਦਾਰ ਅਲੀ ਅਲੀ ਕਰਨਾ ਛੋੜ ਦੇ ਅਲੀ ਦਾ ਮਲੰਗ ਮੁਸਕਰਾ ਕਦੇ ਕਮਲੀ ਮਾਂ ਦਾ ਬੱਚੜਾ ਤੇਰੇ ਅੱਖੇ ਲੱਗ ਕੇ ਕੁਰਾਨ ਪੜ੍ਹਨਾ ਛੋੜ ਦੇ ਅਲੀ ਅਲੀ ਨਾਲ ਤਾਂ ਮੇਰੀ ਜ਼ਿੰਦਗੀ ਅਲੀ ਅਲੀ ਨਾਲ ਮਾੜੀ ਜ਼ਿੰਦਗੀ ਤੈਨੂੰ ਰੋਕਣ ਆਈ ਰਾਤ ਦੇ ਸਮਰੇ ਗੱਲਾਂ ਨਾ ਕੀਤੇ ਕਰ ਮਲੰਗਾ ਦੇ ਤੈਨੂੰ ਨਹੀਂ ਪਤਾ ਤੂੰ ਤੇਰਾ ਅਕਲ ਤਾਂ ਠੀਕ ਹੈ ਤੈਂ ਆਖੀ ਰਾਤ ਦੇ ਸਮਰੇ ਨਾ ਕੀਤੇ ਕਰ ਹੁਣ ਕੋਈ ਰਾਤ ਹੈ ਹੁਣ ਤਾਂ ਚਿੱਟਾ ਦੇ ਹੋਏ ਤਵਜਹ ਹੈ ਬਈ ਸਮਝਾ ਸਲੀ ਬਾਦਸ਼ਾਹ ਦਾ ਦਿੱਤੀ ਮਲੰਗ ਇਹ ਬਾਤ ਨਹੀਂ ਜਾਣਾ ਵਜ਼ੀਰਾਂ ਮੁਸ਼ੀਰਾਂ ਨੂੰ ਬੁਲਾਇਆ ਯਾਰ ਕੋਈ ਇਹ ਜਿਹਾ ਤਰੀਕਾ ਦੱਸੋ ਅਲੀ ਦਾ ਮਲੰਗ ਅਲੀ ਅਲੀ ਕਰਨ ਤੋਂ ਬਾਅਦ ਆ ਜਾਵੇ ਤਵਜੋ ਬਾਈ ਅਲੀ ਅਲੀ ਕਰਨ ਤੋਂ ਬਾਅਦ ਆ ਜਾਵੇ ਉਹਨਾਂ ਕਾ ਫਲਾਂ ਇਲਾਕੇ ਦੀ ਸ਼ਾਹੀ ਦੇ ਤਖਤ ਦੇ ਤਾਜ ਦੇ ਜ਼ਰੋ ਦਿਨਾਰ ਦੇ ਲੱਗੇ ਹੋਏ ਉੱਠ ਚਦੇ ਅਲੀ ਦਾ ਮਲੰਗ ਲਾਲਚ ਚਾਹ ਕੇ ਅਲੀ ਅਲੀ ਕਰਨਾ ਛੋੜ ਦੇ ਸੀ ਤਵਜੋ ਹੈ ਲੇਕਿਨ ਅਲੀ ਵਾਲਿਆਂ ਨੂੰ ਪਿਓ ਛੋੜਨਾ ਪਊ ਸੀ ਤਾਂ ਛੋੜ ਦੇ ਸੀ ਨਾ ਅਲੀ ਨਾ ਛੋੜੇ ਸੀ ਹਾਏ ਹਾਏ ਤਵਜੋ ਹੈ ਅੱਲਾ ਤੁਹਾਡੀਆਂ ਦਿੰਦੀਆਂ ਦਰਾਜ਼ ਫਰਮਾਵੇ ਕਾਜ਼ੀ ਰੰਗ ਲਾਵੇ ਜ਼ਿੰਦਾ ਸਲਾਮਤ ਰਹੋ ਪਿਓ ਤਾਂ ਹੈ ਹੀ ਹਰ ਇਨਸਾਨ ਦਾ ਅਲੀ ਜੇ ਅਲੀ ਦਾ ਨਾਂ ਹੀ ਬੂਤ ਰਾਵੇ ਮੱਟੀ ਦਾ ਬਾਪ ਜੋ ਹੈ ਅੱਲਾ ਤੁਹਾਡੀਆਂ ਦਿੰਦੀਆਂ ਦਰਾਜ਼ ਫਰਮਾਵੇ ਪਿਓ ਛੋੜਨਾ ਪਵੀ ਛੋੜਨੇ ਮੈਂ ਅਲੀ ਨਾ ਛੋੜ ਆਦੇ ਅਲੀ ਅਲੀ ਕਰਨਾ ਛੋੜ ਦੇ ਸ਼ਾਹੀ ਦਿੰਦੇ ਹਾਂ ਤਖ ਦਿੰਦੇ ਹਾਂ ਤਾਜ ਦਿੰਦੇ ਹਾਂ ਜ਼ਰੋ ਦਿਨਾਰ ਦੇ ਲੱਦੇ ਉੱਠ ਦਿੰਦੇ ਹਾਂ ਅਲੀ ਦਾ ਮਲੰਗ ਜੋਸ਼ ਚ ਆਏ ਜੋਸ਼ ਚ ਆ ਕੇ ਝਿਣਕ ਡੇ ਕੇ ਬਾਦਸ਼ਾਹ ਦੇ ਮੁਖਾਤਿਬ ਗੁੱਜ ਆਵਾਜ਼ ਨਾਲ ਪੈਦਾ ਕਰੀ ਗੱਲ ਸ਼ਾਹੀ ਮੈਨੂੰ ਚੰਗੀ ਸਰਵਰ ਦੇ ਅਲੀ ਸੁਲਤਾਨ ਹੈ
ਇਹ ਹਲਾਲੀ ਤੇ ਹਰਾਮੀ ਦੀ ਬੋਲ ਤਾਂ ਸਹੀ ਹੁਣ ਵਜ਼ੀਰਾਂ ਮੁਸ਼ੀਰਾਂ ਦੇ ਮੁਖਾਤਿਬ ਉਹ ਕਹਦਾ ਅਲੀ ਤਾਂ ਬਲਾਂਗੇ ਤੇ ਜ਼ਿੱਦੀ ਬੜਾ ਏ ਇਹ ਨਾਮ ਦੇ ਲਾਲਚ ਕੀ ਆਇਆ ਕੋਈ ਨਹੀਂ ਕੋਈ ਹੋਰ ਤਰੀਕਾ ਹੀ ਨਹੀਂ ਦੱਸਣਾ ਕਰੀਓ ਕੋਈ ਤਰੀਕਾ ਹੀ ਇਸ ਨੂੰ ਮਦੀਨੇ 'ਚ ਨਾ ਆਣ ਦੇ ਇਹ ਗੱਲਾਂ ਕਰੇ ਦਾ ਰਸ ਬਗਾਵਤ ਫੈਲ ਰਿਹਾ ਸੀ ਇਸ ਨੂੰ ਸ਼ਾਮ ਭੇਜੋ ਅਤੇ ਸ਼ਾਮ ਦੇ ਹੱਕ ਨੂੰ ਪਹਿਲੇ ਇਤਲਾਹ ਦੇ ਕੇ ਦੱਸ ਵੀ ਇਹ ਜ਼ਿੱਦੀ ਬੜਾ ਹੀ ਗੱਲਾਂ ਕਰੇ ਦੇ ਜਾਂ ਗੱਲੀਆਂ ਬਾਜ਼ਾਰਾਂ 'ਚ ਗੱਲਾਂ ਨਾ ਕਰੇ ਤੇਰੇ ਦਰਬਾਰ 'ਚ ਪਹੁੰਚ ਵੰਜੇ ਉੱਥੇ ਗੱਲਾਂ ਕਰੇ ਤਵੱਜੋ ਹੈ ਬਾਈ ਮਲੰਗ ਨੂੰ ਸ਼ਾਮ ਭੇਜਿਆ ਗਿਆ ਸ਼ਾਮ ਦੇ ਹਾਕਮ ਨੇ 500 ਸਿਪਾਹੀ ਭੇਜਿਆ ਸ਼ਾਮ ਦੇ ਬਾਹਰੋਂ ਵੀ ਉਹ ਗੱਲਾਂ ਕਰਦੇ ਉਹਨੂੰ ਗੱਲਾਂ ਨਹੀਂ ਕਰਨ ਇੰਜਾਂ ਅੱਖਾਂ ਮਲੰਗ ਨੂੰ ਰਸੀਵ ਕਰਨ ਦੀ ਖਾਤਰ ਦਰਮਿਆਨ ਚਲੀ ਦਾ ਮਲੰਗ ਇਰਦ ਗਿਰਦ 500 ਸਿਪਾਹੀ ਬਾਜ਼ਾਰ 'ਚ ਦਾਖਿਲ ਹੋਏ ਸ਼ਾਮ ਦੇ ਬਾਜ਼ਾਰੀ ਲੋਕਾਂ ਪੁੱਛਿਆ ਬਈ ਇੱਕ ਮਲੰਗ 500 ਸਿਪਾਹੀ ਇੱਕਦਾਂ ਹੀ ਇਤਨਾ ਬਹਾਦਰ ਇਤਨਾ ਦਲੇਰ ਉਹਨਾਂ ਅੱਗੇ ਬਹਾਦਰੀ ਦਲੇਰੀ ਦੱਸਾ ਨਹੀਂ ਪਤਾ ਅਸਾਂ 500 ਨਹੀਂ 5000 ਹੋਈ ਇਹ ਜ਼ੁਬਾਨ ਕਹਿੰਦੀ ਰੁਕਦੀ ਨਹੀਂ ਹਾਏ ਹਾਏ ਤੇਰੀ ਨਹੀਂ ਜਿਵੇਂ ਬਸ ਤੂੰ ਨਹੀਂ ਲੁਤਫ ਲੈਣਾ ਮੁਲਕ ਦੇ ਜਲਸੇ ਸੁਣਦਾ ਹੈ ਲੁਤਫ ਲੈਣਾ ਮੈਂ ਸ਼ੇਰ ਪੜਨ ਲੱਗਾ ਮਵਾਲੀਆਂ ਹਲਾਲੀਆਂ ਦੇ ਹਾਂ ਠਰ ਜਾਵੇ ਅਸਾਂ ਰੋਕਾ ਤਾਂ ਬੜਾ ਹੈ ਪਰ ਗੱਲਾਂ ਕਰਨ ਨੂੰ ਨਹੀਂ ਰਹਿੰਦਾ ਇਹ ਚੰਦ ਗੱਲਾਂ ਕਰਦੇ ਇਹ ਗੱਲੀਆਂ ਬਾਜ਼ਾਰਾਂ 'ਚ ਨਹੀਂ ਕਰਨ ਦੇਣੀਆਂ ਦਰਬਾਰ 'ਚ ਪੇਸ਼ ਹੋ ਸੀ ਉੱਥੇ ਹਾਕਮ ਪੁੱਛਦੀ ਤੇ ਦੱਸਿਆ ਸੀ ਸ਼ਾਮ ਦੇ ਬਾਜ਼ਾਰ 'ਚ ਲੋਕਾਂ ਦਾ ਇਸ਼ਤਿਆਕ ਵਧਿਆ ਹੋਲਾ ਨਾਲ ਰਲਣ ਲੱਗ ਪਏ ਭਾਈ ਉਹ ਗੱਲਾਂ ਸੁਣੀਆਂ ਅਗਲੇ ਚੌਕੇ ਚਾਹੇ 10-12 ਹੋਰ ਅਗਲੇ ਚੌਕੇ ਚਾਹੇ 10-12 ਹੋਰ ਅਗਲੇ ਚੌਕੇ ਚਾਹੇ ਹਜ਼ਾਰਾਂ ਬਣਨੇ ਸ਼ੁਰੂ ਹੋ ਗਏ ਦਰਬਾਰ 'ਚ ਪੇਸ਼ ਹੋਈ ਇਤਨਾ ਰਸ਼ ਵਧਿਆ ਨਾ ਦਿਲ ਧਰਨ ਦੀ ਜਗ੍ਹਾ ਨਹੀਂ ਸ਼ਾਮ ਦਾ ਹਾਕਮ ਦੇ ਕਹਦੇ ਯਾਰ ਸਾਰੇ ਸ਼ਾਮ ਦੇ ਲੋਕੋ ਮੈਂ ਮਲੰਗ ਨੂੰ ਇੱਕ ਨੂੰ ਛੱਡਿਆ ਤੇ ਤੁਸੀਂ ਸਾਰੇ ਆ ਗਏ ਇਤਨਾ ਰਸ਼ ਮੇਰੀ ਜ਼ਿੰਦਗੀ 'ਚ ਮੇਰੇ ਦਰਬਾਰ 'ਚ ਕਦਾ ਨਹੀਂ ਹੋਇਆ ਕਿ ਮੈਂ ਲੋਕਾਂ ਨੂੰ ਛੱਡੀ ਤਰ੍ਹਾਂ ਨਾਲ ਲੋਕ ਕਢਾ ਨਹੀਂ ਆਏ ਇਤਨਾ ਇਤਨਾ ਰਸ਼ ਕਿਉਂ ਵੱਧ ਗਿਆ ਅਲੀ ਦਾ ਮਲੰਗ ਜੋਸ਼ ਚਾ ਕਿਆ ਦਿਓ ਸ਼ਾਮ ਦਾ ਹਾਕਮ ਖਬਰਦਾਰ ਆਹਿਸਤਾ ਬੋਲ ਅੱਜ ਤੁਹਾਡਾ ਦਰਬਾਰ ਨਹੀਂ ਅੱਜ ਅਲੀ ਦਾ ਮਲੰਗ ਦਾ ਦਰਬਾਰ ਆਏ ਨਾਗਵਾਰ ਗੁਜ਼ਰੀਆਂ ਅਲੀ ਦਾ ਮਲੰਗ ਇਸ ਦੇ ਮੁਖਾਤਿਬ ਹੋ ਕੇ ਜਿਹੜੀ ਗੱਲ ਕੀਤੀ ਹੈ ਪੂਰੀ ਤਵੱਜੋ ਅਦਾ ਕਰੀ ਗੱਲ ਪਿਆ ਨਬੀਆਂ ਤੂੰ ਆਲਾ ਬੋਲੋ ਯਾਰ ਮਿਲ ਕੇ ਨਾ ਰਹੇ ਹੈਦਰੀ ਨਬੀਆਂ ਤੂੰ ਆਲਾ ਹੈ ਸ਼ਾਨ ਵਾਲੀ ਬਿਸਮਿਲ੍ਲਾ ਬਹੁਤ ਮਿਹਰਬਾਨੀ ਦੇਖੋ ਮਲੰਗ ਪੂਰੀ ਸ਼ਾਮ ਨੂੰ ਵਰਗਲਾ ਲਿਆ ਇੱਥੇ ਆ ਕੇ ਤਾਂ ਗੱਲ ਕਰ ਛੋੜੀਏ ਮੈਨੂੰ ਦੱਸ ਤੇਰੇ ਕੋਲ ਕੋਈ ਸਬੂਤ ਹੈ ਕੋਈ ਗਵਾਹ ਹੈ ਅਲੀ ਦੇ ਮਲੰਗ ਦੇਖ ਕੇ ਨਾ ਦਰਬਾਰ 'ਚ ਆਖੇ ਤਾਂ ਸਾਰੇ ਕੂੜੇ ਨਿੱਥੇ ਮੇਰਾ ਗਵਾਹ ਤਾਂ ਕੋਈ ਨਹੀਂ ਤਵੱਜੋ ਹੈ ਉਹਦਾ ਗਵਾਹ ਮੈਂ ਤੇਰੀ ਨਾ ਲਿਖ ਦੇਵਾਂ ਜੇ ਤੂੰ ਝੂਠਾ ਹੈ ਆਦੇ ਤੇਰੀ ਜ਼ਰੂਰਤ ਕਿਵੇਂ ਮੈਂ ਕੋਈ ਝੂਠਿਆਂ ਨੂੰ ਮੰਨਿਆ ਹੈ ਮੈਂ ਤਾਂ ਸੱਚਿਆਂ ਦਾ ਮੁਰੀਦ ਹਾਂ ਤਵੱਜੋ ਹੈ ਬਾਈ ਉੱਥੇ ਉਹ ਸਕਿਆ ਤੇਰਾ ਗਵਾਹ ਕੋਈ ਨਹੀਂ ਤਾਂ ਮੈਂ ਲਿਖਣ ਲੱਗਾ ਉੱਥੇ ਬੈਠੇ ਇੱਕ ਸਫੀਰ ਸ਼ਾਮ ਦੇ ਬਾਦਸ਼ਾਹ ਕੋਲ ਸਫੀਰ ਆਇਆ ਬਾਦਸ਼ਾਹਾਂ ਕੋਲ ਬਾਈ ਜਾਨ ਸਫੀਰ ਆਏ ਹੋਵੇ ਨਾ ਬਾਦਸ਼ਾਹਾਂ ਨੂੰ ਸਫੀਰਾਂ ਦੀਆਂ ਮੰਨਣੀਆਂ ਪਾ ਅੱਗ ਬਗੋ ਲੋਕ ਕੇ ਉੱਠਿਆ ਉਸ ਆਖਿਆ ਖਬਰਦਾਰ ਮੈਂ ਜਾਣਦਾ ਤਵੱਜੋ ਹੈ ਬਾਈ ਤੈਂ ਗਵਾਹ ਮੰਗਿਆ ਤਾਂ ਮੈਂ ਗਵਾਹੀ ਦੇਣ ਵਾਸਤੇ ਤਿਆਰ ਹਾਂ ਜਿਵੇਂ ਸੱਚਾ ਤੈਨੂੰ ਕਿਵੇਂ ਮਹਿਸੂਸ ਹੋਏ
ਉਹਦਾ ਕਹ ਕਾਇਨਾਤ ਰਸੂਲ ਮਿੰਬਰ ਤੇ ਜਲਵਾ ਫਿਕਰ ਨਹੀਂ ਮੈਂ ਵਿੱਚ ਮੌਜੂਦ ਹਾਂ ਉਹਨਾਂ ਆਵਾਜ਼ ਫਰਮਾਇਆ ਲੋਕੋ ਸੁਣੋ ਅਤੇ ਸਮਝੋ ਸਲੀਮਾਨ ਸਾਡੀ ਅਹਿਲ ਬੈਤ ਵਿੱਚੋਂ ਸਲੀਮਾਨ ਜਿਹੜਾ ਕਾਇਨਾਤ ਹੀ ਸੱਚਾ ਕੋਈ ਨਹੀਂ ਪਰ ਘੱਟ ਬੁਜ਼ਾਰੀ ਨਹੀਂ ਮਾਂ ਨੇ ਪੁੱਤਰੀ ਨਹੀਂ ਜਿਵੇਂ ਜੇ ਬੁਜ਼ਾਰ ਤੋਂ ਜ਼ਿਆਦਾ ਕੋਈ ਸੱਚਾ ਹੋਵੇ ਇਹ ਕਾਇਨਾਤ ਦੇ ਰਸੂਲ ਆਪਣੀ ਜ਼ੁਬਾਨੀ ਦੱਸਾਈ ਅਲੀ ਦਾ ਮਲੰਗ ਤੇਰੀ ਸੱਚਾਈ ਦੀ ਗਵਾਹੀ ਮੈਂ ਦੇ ਛੋੜੀਏ ਤੇਰੇ ਕੋਲ ਕੋਈ ਸਬੂਤ ਹੈ ਤਾਂ ਤੂੰ ਵੀ ਦੇ ਅਲੀ ਦਾ ਮਲੰਗ ਇਵੇਂ ਜੋਸ਼ ਚ ਆਏ ਜੋਸ਼ ਚ ਆ ਕੇ ਜਿਵੇਂ ਭੁੱਖਾ ਸ਼ੀ ਸ਼ਿਕਾਰ ਨੂੰ ਦੇਖ ਕੇ ਗੂੰਜ ਮਾਰ ਕੇ ਕਛਾਰ ਤੂੰ ਬਾਹਰ ਆਉਂਦਾ ਇਸ ਦੇ ਮੁਖਾਤਿਬ ਹੋ ਕੁਝ ਆਵਾਜ਼ ਨਾਲ ਸਬੂਤ ਦੇਣ ਵਾਸਤੇ ਤਿਆਰੀ ਕੀਤੀ ਤੇ ਸ਼ੇਰ ਸੁਣਾਉਣਾ ਚਾਹਨਾ ਮਵਾਲੀਆਂ ਹਲਾਲੀਆਂ ਦੇ ਹੱਥ ਹਲ ਜਾਵੇ ਜਿਹੜੇ ਸੁਣਦੇ ਬੈਠੇ ਨੇ ਹੋਵੇ ਸਾਖਤ ਅਲੀ ਅਲੀ ਕਰੇ ਸਨ ਨੰਬਰ ਪਲਾਣੇ ਜੋ ਹੈ ਤੈਂ ਆਖਿਆ ਮੈਂ ਅੱਲਾ ਦਾ
آخری رسولاں دسا تیری گلاں ساریاں من لئیاں توجہ ہے بھائی اتھے کھلو کے اعلان پہ کردا ہے اعلان جو پہ کردا ہے تیری زندگی ہوے تو جیویں اللہ زبان تاثیر عطا فرمائے مولا پھول بدا کر بنا دے اللہ دی وئی نہ کھیاں دی ڈٹھی نہ کھاویں دی ڈٹھی اج وقت نواں کیا اعلان کر چھوڑیا ہی اس وقت کائنات دے رسول دے کائنات رسول نے حاجیاں تازیاں حاجیاں دے مخاطب ہو کے جڑی گل کیتی دین دی وی ہوئی لوگا اج تک میلے رب دے قران دی وی اج تنزیل کائنات دی قیمت دا شعر ہے تے جتنا بولے سو امڑی حسین دی اتنا رزق تہاڈا ودھے سی توجہ ہے بھائی آج دے دن رزق تقسیم ہو رہا ہے توجہ ہے آج دے دن جبریل اتنا خوش ہے نا جو ملائکہ چ رزق ودا تقسیم کریں دے توجہ ہے ان دے استاد دی تاج پوشی ہے موالیاں حلالیاں دے ہاتھ جاویں دین دی وی ہوئی لگا رکھے شیر اس قصیدے دا حاصل شیر میں دیکھا جنوں لوگاں جڑے لوگ نہیں بولے جنہاں لوگاں نوں مان ناد علی پڑھ کے دودھ پلائے وہ تاں بولے سی لطف لینے موالیاں حلالیاں دے ہاں ٹھر جاویں میں تری ویکھوں گئی آج خوشی دا دن نے آج جڑے بول سکو او بولو جڑے نہ بول سکو انہاں نوں عمل پہ دسنا جناب امیر سمیت تمار تو زبان ادھاری مانگ لو آمی بولو لطف لاؤ میں قصیدے دا حاصل شعر پہ پڑھدا میں دیکھنا چاہنا کتنے بندے حاضر ہیں کتنے غیر حاضر پوری توجہ دے کڑی گل پیا ایندی شان وچ آیا پورا قران اللہ تعالیٰ صحت کاملہ عطا فرماوے بھاویں ضعیف ہیں تے بھاویں بیمار ہیں اے او ذکر ہے جتھے بیماریاں دور ہو جاندیاں جتھے فطرت نو پر مل دے اے انہاں دا ذکر ہے جیندے اے اس دا جشن ہے جیندے بیٹے فطرت دے ہستی نو پر دے چھوڑے تے واتو سا کہ میں اٹھائی وائیں کیا کیا اس مام مسلی اٹھائی وات آکھیا اس مام اس لیے انہیں آخیا تم ساڈا رائے تو وقت تھائی پیا دا جتنے سزا ملی اس آخر ہوں میں عتیق الحسین ہاں بولو ہوں میں عتیق الحسین ہوں یہ عتی ہے حسین بادشاہ کا ہوں مین پر اس دے جڑے دے کے نہیں لینا اللہ میرے عزیز ناصر نو شفا دے وے اللہ بادشاہ آج دے روز صدقہ میرے عزیز منور عباس نو ہی شفا دے وے اللہ اس جشن دا صدقہ اس آج دے روز دا صدقہ بابے حاجی محمد حسین اللہ شفا دے وے لطف لو بھائی شفا پنی کھلوتا تے شیر پہ سنوائنا میں آکھے زبان
جناب میسم میں تمات ادھاری مانگبا میں شیر پڑھا ادھاری منگی نے تو پڑھا شیر پوری توجہ ایندی شان وچ آیا پورا قران جگ تے حلالیاں دی ایو پہچان بولو چلو جے نے بولے تو ہن میں اگے دے تاں کیویں نے بولے دے پوری توجہ ایندی شان وچ آیا پورا قران جگ تے حلالیاں دی نعرے مرے رہے ہو میں کوشش کراں بھائی تو اٹھ کے نعرے مارو جشن کا لطف آیا بابا کلا اٹھیندا پے ہر شہر سے وہ جماعتی بنو دل چاہتے با جماعت عشق والی نماز ہوئے لطف لو سنواوا اج خوشی دی دیار نا لکھ مبارکاں 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 علی بھائی دس دار نا لکھ مبارکاں نعرہ حیدری آج خوشی دی دیوار نا لکھ مبارکاں آج خوشی دی دیوار نا لکھ مبارکاں آج خوشی دی دیوار نا لکھ مبارکاں علی بھائی دستار نا لکھ مبارکاں علی بھائی دستار نا لکھ مبارکاں شیر ملازہ توجہ ہے بھائی موالیاں حلالیاں دے ہاں ٹھر جامل ہر بندہ ڈیک سی میں دیر آدھا کڑی گل پیاں کلے قرآن نا گوال جے دسویر ہے اوچا جے اپنے مارے تے اوتے جو بے ویر ہے بہت مہربانی بہت مہربانی کھلے بہت مہربانی سونا سونا نے موالیاں حلالیاں دے ہاتھ جاویں نا دکڑی گل پیا سوال کر آج اگو اک جا بلایا اے من کو تو مولا دا قصیدہ جا سنایا اے مل کے نعرہ حیدری سوال خوش بیٹھے ہو دعا پہ کرنا ہمیشہ خوش رہو شیر پہ سنوانا شاعری کر نعرہ
ਕੇ ਉੱਚੇ ਜਿਹਾ ਨਾਰਾ ਸੁਣਾ ਨਹੀਂ ਉੱਚੇ ਜਿਹਾ ਨਾਰਾ ਸੁਣਾਓ ਮਿਲ ਕੇ ਜਸ਼ਨ ਇਮਰਾਨ ਦੇ ਚੱਲਦਾ ਮਨਾਈ ਜਾ ਮਨਾਈ ਜਾ ਮਨਾਈ ਜਾ ਤਵੱਜੋ ਹੈ ਭਾਈ ਦੇਖੋ ਮੈਂ ਇਧਰ ਚੱਕ ਮੁਗਲ ਵਾਲਿਆਂ ਮੈਂ ਦੇਖਣਾ ਚਾਹੁੰਦਾ ਜਿਹੜੇ ਬੰਦੇ ਹੱਥ ਹੈ ਤੇ ਬੰਦੀ ਬੈਠੇ ਜਿਤਨੇ ਹੱਥ ਸ਼ੇਰ ਤੇ ਬੁਲਾਂਦੋ ਸਿੰਧ ਆਪ ਕਰਦਾ ਅੱਜ ਦੇ ਰੋਲ ਸਦਕਾ ਫਾਲਜ ਨਾ ਹੋ ਸੀ ਜਿਹੜੇ ਬੰਦੇ ਉੱਠੀ ਕੇ ਨਾਰਾ ਮਰਿਆ ਸਿੰਧ ਨਾ ਹੱਥਾਂ ਤੇ ਮਿਲ ਕੇ ਨਾਰੇ ਹੈਦਰੀ ਤੁਸੀਂ ਤਾਂ ਕਈ ਕਈ ਵੇਲੇ ਉੱਠੀਂਦੇ ਹੋ ਨਾ ਤਵੱਜੋ ਹੈ ਬਾਈ ਜੇ ਸ਼ੇਰ ਪੇ ਸੁਣਵਾ ਨਾ ਮਵਾਲੀਆਂ ਹਲਾਲੀਆਂ ਦੇ ਹੱਠ ਜਾਵੇ ਸੇਵਾ ਹੈ ਮਵਾਲੀਆਂ ਦਾ ਹਲੀ ਹਲੀ ਕਰਨਾ ਹੱਕ ਵਿੱਚ ਜਿਹੜਾ ਹੈ ਤਾਂ ਹੱਕ ਵਿੱਚ ਮਰਨਾ ਸੇਵਾ ਹੈ ਮਵਾਲੀਆਂ ਦਾ ਹਲੀ ਹਲੀ ਕਰਨਾ ਹੱਕ ਵਿੱਚ ਜਿਹੜਾ ਹੈ ਤਾਂ ਹੱਕ ਵਿੱਚ ਮਰਨਾ ਜਿਹੜਾ ਜਸ਼ਨ ਕਰੇ ਹੁਣ ਮਰੇ ਜਾ ਕਮੋ ਗਲ ਤੋਂ ਬਾਹਰ ਦਫਨਾਈ ਜਾ ਦਫਨਾਈ ਦਫਨਾਈ ਜਾ ਆਹ ਦਰੀ